ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬਣਾਉਣਾ ਦੱਸੂੰਗੀ ਤੁਹਾਨੂੰ ਇਹ ਵਾਲਾ ਡਿਜ਼ਾਇਨ। ਇਹ ਡਿਜ਼ਾਇਨ ਦੀ ਸਿੱਧੀ ਸਾਈਡ ਆ, ਇਹ ਵਾਲੀ ਉਲਟੀ ਸਾਈਡ ਆ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਪੰਜ ਕੁੰਡੇ ਬਣ। ਇਹ ਡਿਜ਼ਾਇਨ ਦੀ ਸਿੱਧੀ ਸਾਈਡ ਆ, ਇਹ ਉਲਟੀ ਸਾਈਡ ਤੋਂ ਬਣਨਾ ਸ਼ੁਰੂ ਹੁੰਦਾ। ਪਹਿਲੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਐਜ ਸਟਿਚ ਬੁਣੋ, ਚਾਹੇ ਬਿਨਾਂ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਹੈ। ਮੈਂ ਇਸਨੂੰ ਇਸ ਤਰ੍ਹਾਂ ਹੀ ਉਤਾਰ ਲੂੰਗੀ। ਤਿੰਨ ਕੁੰਡੇ ਉਲਟੇ, ਇੱਕ ਦੋ ਤਿੰਨ, ਅੱਗੇ ਦੂਸਰੀ ਸਾਈਡ ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ। ਇਹ ਪਹਿਲੇ ਕੁੰਡੇ ਨੂੰ ਛੱਡ ਕੇ ਦੋ ਚਾਰ ਸੀ, ਇਸੇ ਕੁੰਡੇ ਵਾਰ ਵਾਰ ਰਿਪੀਟ ਕਰਾਂਗੇ। ਅੱਗੇ ਆਪਣੀ ਸਾਈਡ ਤਿੰਨ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਤਿੰਨ ਕੁੰਡੇ ਡਿਜ਼ਾਇਨ ਦੇ ਉਲਟੇ, ਅਤੇ ਇੱਕ ਲਾਸਟ ਵਾਲਾ ਕੁੰਡਾ ਉਲਟਾ। ਦੂਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰ ਲਵਾਂਗੇ। ਜਿਹੜੇ ਤਿੰਨ ਕੁੰਡੇ ਇਧਰਲੀ ਸਾਈਡ ਤੋਂ ਉਲਟੇ ਬਣੇ ਸੀ ਉਹ ਇੱਧਰੋਂ ਸਿੱਧੇ ਨੇ। ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ। ਬੈਕ ਸਾਈਡ ਤੋਂ ਤਿੰਨਾਂ ਕੁੰਡਿਆਂ ਵਿੱਚ ਇਸ ਤਰ੍ਹਾਂ ਸਿਲਾਈ ਪਾ ਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆ। ਇਹ ਦੋ ਕੁੰਡੇ ਕੱਟ ਕੇ ਇੱਕ ਤਾਂ ਜਾਲੀ ਨਾਲ ਇਹ ਵਾਲਾ ਕੁੰਡਾ ਵੱਧ ਗਿਆ, ਅਤੇ ਸਿਲਾਈ ਉੱਪਰ ਇਸ ਤਰ੍ਹਾਂ ਕਰਕੇ ਵਲ ਪਾ ਕੇ ਜਾਲੀ ਬਣਾਵਾਂਗੇ। ਪਹਿਲੇ ਕੁੰਡੇ ਨੂੰ ਛੱਡ ਕੇ ਦੇਖੋ, ਤਿੰਨ ਕੁੰਡੇ ਤੋਂ ਵਾਪਸ ਆਪਣੇ ਕੋਲ ਤਿੰਨ ਕੁੰਡੇ ਬਣ ਗਏ। ਜਿਹੜੇ ਕੁੰਡੇ ਇੱਧਰੋਂ ਸਿੱਧੇ ਬਣੇ ਸੀ ਉੱਧਰੋਂ ਉਲਟੇ ਬਣਾਂਗੇ ਤਿੰਨ, ਇੱਕ ਦੋ ਤਿੰਨ। ਪਹਿਲੇ ਕੁੰਡੇ ਨੂੰ ਛੱਡ ਕੇ ਦੋ ਚਾਰ ਸੇ, ਇਸੇ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਾਂਗੇ। ਦੇਖੋ ਤਿੰਨ ਕੁੰਡਿਆਂ ਤੋਂ ਆਪਣੇ ਦੋ ਜਾਲੀਆਂ ਬਣਾ ਕੇ ਤਿੰਨ ਕੁੰਡੇ ਵਾਪਸ ਬਣਾ ਲਏ। ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ ਜਾਲੀ ਬਣਾਉਣ ਲਈ। ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ ਤਿੰਨ ਕੁੰਡੇ ਉਲਟੇ, ਇੱਕ ਦੋ ਤਿੰਨ। ਸਿਲਾਈ ਉੱਪਰ ਜਾਲੀ ਬਣਾਉਣ ਲਈ ਇਸ ਤਰ੍ਹਾਂ ਵਲ ਪਾਵਾਂਗੇ, ਬੈਕ ਸਾਈਡ 'ਤੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਜਾਲੀ ਬਣਾਉਣ ਲਈ ਇਸ ਤਰ੍ਹਾਂ ਵਲ ਪਾਵਾਂਗੇ ਤਿੰਨ ਕੁੰਡੇ ਉਲਟੇ, ਇੱਕ ਦੋ ਤਿੰਨ। ਸਿਲਾਈ ਉੱਪਰ ਜਾਲੀ ਬਣਾਉਣ ਲਈ ਇਸ ਤਰ੍ਹਾਂ ਵਲ ਪਾਵਾਂਗੇ, ਬੈਕ ਸਾਈਡ ਤੋਂ ਜਿਹੜੇ ਸਿੱਧੇ ਕੁੰਡੇ ਨੇ ਇਹਨਾਂ ਦਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ ਜਾਲੀ ਬਣਾਉਣ ਲਈ ਤਿੰਨ ਕੁੰਡੇ ਉਲਟੇ, ਇੱਕ ਦੋ ਤਿੰਨ। ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ ਜਾਲੀ ਬਣਾਉਣ ਲਈ ਜਿਹੜੇ ਸਿੱਧੇ ਕੁੰਡੇ ਨੇ ਇਹਨਾਂ ਦਾ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ ਜਾਲੀ ਬਣਾਉਣ ਲਈ ਲਾਸਟ ਦਾ ਕੁੰਡਾ ਸਿੱਧਾ। ਤੀਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ ਅਤੇ ਆਪਣੇ ਵੱਲ ਧਾਗਾ ਰੱਖ ਕੇ ਪੂਰੀ ਸਿਲਾਈ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਚੌਥੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ, ਧਾਗਾ ਦੂਸਰੀ ਸਾਈਡ ਰੱਖ ਕੇ ਪੂਰੀ ਸਿਲਾਈ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ।
ਇਹ ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।